ਬਠਿੰਡਾ ਦੇ ਰੇਲਵੇ ਸਟੇਸ਼ਨ ਤੋਂ 2500 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਟ੍ਰੇਨ ਰਵਾਨਾ। ਦੱਸਣਾ ਬਣਦਾ ਹੈ ਕਿ ਰੇਲਵੇ ਸਟੇਸ਼ਨ ਤੇ ਪੂਰੇ ਪ੍ਰਕੋਸ਼ਨ ਵਰਤੇ ਜਾ ਰਹੇ ਸਨ। ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ। ਪਹਿਲਾਂ ਮਜ਼ਦੂਰਾਂ ਨੂੰ ਬੈਠਣ ਤੋਂ ਪਹਿਲਾਂ ਇਸ ਟ੍ਰੇਨ ਨੂੰ ਬਕਾਇਦਾ ਤੌਰ ਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਹ ਤੁਸੀਂ ਦੇਖ ਰਹੇ ਹੋ ਟ੍ਰੇਨ ਨੂੰ ਸੈਨੀਟਾਈਜ਼ ਕਰਦੇ ਹੋਏ ਕਰਮਚਾਰੀ। ਬਠਿੰਡਾ ਦਾ ਰੇਲਵੇ ਸਟੇਸ਼ਨ ਦਾ ਹੈ ਇਹ ਦ੍ਰਿਸ਼। ਦੱਸ ਦਈਏ ਕਿ ਪਿਛਲੇ 1.5 ਮਹੀਨੇ ਤੋਂ ਲੱਗੇ ਹੋਏ ਲੋਕਡਾਊਨ ਕਾਰਨ ਇਹ ਪ੍ਰਵਾਸੀ ਮਜ਼ਦੂਰ ਜੋ ਪੰਜਾਬ ਵਿੱਚ ਫਸੇ ਹੋਏ ਸਨ, ਪੰਜਾਬ ਸਰਕਾਰ ਨੇ ਇਹਨਾਂ ਦੀ ਬਕਾਇਦਾ ਤੌਰ 'ਤੇ ਰਜਿਸਟ੍ਰੇਸ਼ਨ ਕਰਾ ਕੇ ਅੱਜ ਟ੍ਰੇਨ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਵੱਖ ਵੱਖ ਇਲਾਕੇ ਵਿੱਚੋਂ ਇਕੱਠਾ ਕਰਕੇ ਸਟੇਸ਼ਨ 'ਤੇ ਲੈ ਕੇ ਆਉਂਦਾ। ਵੱਖ ਵੱਖ ਏਰੀਏ 'ਚੋਂ ਬੱਸਾਂ ਰਾਹੀਂ ਇੱਥੇ ਇਕੱਠਾ ਕੀਤਾ ਗਿਆ। ਇਕੱਠਾ ਕਰਨ ਤੋਂ ਬਾਅਦ ਇਹਨਾਂ ਦਾ ਬਕਾਇਦਾ ਮੈਡੀਕਲ ਕਰਕੇ ਇਹਨਾਂ ਨੂੰ ਟ੍ਰੇਨ ਰਾਹੀਂ ਅੱਜ ਰਵਾਨਾ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਸਟੇਸ਼ਨ ਦੇ ਬਾਹਰ ਦੀਆਂ ਤਸਵੀਰਾਂ, ਜਿੱਥੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਹੈ ਅਤੇ ਇਹਨਾਂ ਨੂੰ ਬਕਾਇਦਾ ਤੌਰ 'ਤੇ ਲਾਈਨਾਂ ਵਿੱਚ ਲਾ ਕੇ ਅੱਗੇ ਭੇਜਿਆ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਕਾਫੀ ਭਾਰੀ ਇਕੱਠ ਹੈ ਸਟੇਸ਼ਨ ਦੇ ਬਾਹਰ, ਜਿੱਥੇ ਇਹਨਾਂ ਨੂੰ ਇਕੱਠਾ ਕੀਤਾ ਗਿਆ ਹੈ। ਕਿਸੇ ਤਰ੍ਹਾਂ ਦਾ ਕੋਈ ਸੋਸ਼ਲ ਡਿਸਟੈਂਸ ਨਹੀਂ ਦੇਖਿਆ ਜਾ ਰਿਹਾ। ਦੇਖ ਲਓ ਤੁਸੀਂ ਕਿਸ ਤਰ੍ਹਾਂ ਇਹ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਨੇ। ਭਾਵੇਂ ਪੁਲਿਸ ਮੌਕੇ 'ਤੇ ਮੌਜੂਦ ਹੈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਜਾ ਰਿਹਾ। ਲੰਬੀਆਂ ਲਾਈਨਾਂ ਵਿੱਚ ਖੜ੍ਹੇ ਨੇ ਇਹ ਆਪਣੀ ਬਾਰੀ ਦੀ ਉਡੀਕ ਵਿੱਚ। ਪੁਲਿਸ ਇਹਨਾਂ ਨੂੰ ਵਾਰ ਵਾਰ ਕਹਿ ਰਹੀ ਹੈ ਦੂਰ ਦੂਰ ਹੋਣ ਲਈ, ਪਰ ਇਹਨਾਂ ਨੂੰ ਆਪਣੀ ਸੀਟ ਦੀ ਜਲਦੀ ਹੋਣ ਕਾਰਨ ਇਹ ਪਿੱਛੇ ਨਹੀਂ ਹਟ ਰਹੇ। ਆ ਸਟੇਸ਼ਨ ਦੀਆਂ ਤਸਵੀਰਾਂ ਨੇ, ਆਪਣੀ ਸੀਟ ਦੇ ਇੰਤਜ਼ਾਰ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਨਾਲਦਿਆਂ ਦਾ ਇੰਤਜ਼ਾਰ ਹੋ ਰਿਹਾ। ਬੱਚੇ ਵੀ ਕਿਸ ਤਰ੍ਹਾਂ ਚਹਿਲ ਪੈ ਰਹੇ ਨੇ। ਜੇ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਸਟੇਸ਼ਨ 'ਤੇ ਤਾਂ ਬਕਾਇਦਾ ਤੌਰ 'ਤੇ ਉੱਥੇ ਵੀ ਮੁਲਾਜ਼ਮ ਬਿਠਾਏ ਹੋਏ ਨੇ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਜਾਣਕਾਰੀ ਦੇ ਰਹੇ ਨੇ। ਸਟੇਸ਼ਨ ਤੋਂ ਬਾਅਦ ਰੇਲਵੇ ਗਰਾਊਂਡ ਦੇ ਵਿੱਚ ਇਹਨਾਂ ਨੂੰ ਸਭ ਨੂੰ ਇਕੱਠੇ ਕੀਤਾ ਗਿਆ ਸੀ, ਜਿੱਥੇ ਇਹਨਾਂ ਦਾ ਬਕਾਇਦਾ ਤੌਰ 'ਤੇ ਮੈਡੀਕਲ ਹੋਣ ਤੋਂ ਬਾਅਦ ਹੀ ਸਟੇਸ਼ਨ ਵੱਲ ਭੇਜਿਆ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹਨਾਂ ਨੂੰ ਆਪਣੇ ਘਰ ਜਾਣ ਦੀ ਕਾਹਲੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੋਸ਼ਲ ਡਿਸਟੈਂਸ ਦਾ ਨਹੀਂ ਰੱਖਿਆ ਜਾ ਰਿਹਾ ਧਿਆਨ। ਦੇਖ ਰਹੇ ਹੋ ਰੇਲਵੇ ਗਰਾਊਂਡ ਦੇ ਬਾਹਰ ਰੇਲਵੇ ਸਟੇਸ਼ਨ 'ਤੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਦੇਖ ਰਹੇ ਹੋ ਨਿੱਕੇ ਨਿੱਕੇ ਨੰਨੇ ਨੰਨੇ ਬੱਚੇ ਆਪਣੇ ਘਰ ਨੂੰ ਜਾਣ ਦੀ ਕਾਹਲੀ 'ਚ ਦੇਖੋ ਕਿਸ ਤਰ੍ਹਾਂ ਜਾ ਰਹੇ ਨੇ, ਆਪਣੇ ਸਮਾਨ ਚੱਕ ਕੇ ਰੇਲਵੇ ਸਟੇਸ਼ਨ 'ਤੇ ਆਪਣੇ ਸੀਟ ਵੱਲ ਜਾਂਦੇ ਹੋਏ। ਦੇਖੋ ਕਈ ਸੰਸਥਾਵਾਂ ਵੱਲੋਂ ਇੱਥੇ ਬੱਚਿਆਂ ਨੂੰ ਮਾਸਕ ਵੀ ਦਿੱਤੇ ਗਏ। ਤੁਸੀਂ ਦੇਖ ਰਹੇ ਹੋ ਕੁਝ ਕਰਮਚਾਰੀ ਮਾਸਕ ਦਿੰਦੇ ਹੋਏ। ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਬਕਾਇਦਾ ਜਿੱਥੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਉੱਥੇ ਪਾਣੀ ਦੀਆਂ ਬੋਤਲਾਂ ਦਾ ਪ੍ਰਬੰਧ ਵੀ ਇਹਨਾਂ ਨੂੰ ਨਾਲ ਨਾਲ ਦਿੱਤਾ ਗਿਆ। ਟ੍ਰੇਨ ਨਿਕਲ ਚੁੱਕੀ ਹੈ। ਦੀ ਖੁਸ਼ੀ ਦੇਖੋ, ਬਾਏ ਬਾਏ ਕਰਦੇ ਹੋਏ
ਤੁਸੀਂ ਦੇਖ ਰਹੇ ਹੋ ਰੇਲਵੇ ਸਟੇਸ਼ਨ ਤੇ ਇੱਕ GRP ਦਾ ਮੁਲਾਜ਼ਮ ਇਹਨਾਂ ਨੂੰ ਹੱਥ ਚੱਕ ਕੇ ਬਾਏ ਬਾਏ ਕਰਦਾ ਹੋਇਆ ਦੇਖ ਰਹੇ ਹੋ ਤਸਵੀਰਾਂ। GRP ਦਾ ਇੱਕ ਪੁਲਿਸ ਕਰਮਚਾਰੀ ਗਾਰਡ ਵੀ ਲਾਸਟ ਡੱਬੇ ਵਿੱਚ ਟ੍ਰੇਨ ਹੋ ਗਈ ਰਵਾਨਾ। ਬਿਹਾਰ ਸੇ ਬਕਾ ਜ਼ਿਲ੍ਹਾ। ਕਿਆ ਨਾਮ ਹੈ? ਕਨੇ ਕੁਮਾਰ। ਕਿਆ ਕੰਮ ਕਰਤੇ ਥੇ ਇੱਥੇ? ਇਹਦਾ ਮਜ਼ਦੂਰੀ ਕਰਦਾ ਸੀ। ਕਿਤਨਾ ਕੁ ਟਾਈਮ ਹੋ ਗਿਆ ਸੀ ਆਏ ਨੂੰ? ਇੱਧਰ ਮੇਰੇ ਕੋਲ ਇੱਧਰ 2 ਮਹੀਨੇ ਹੋ ਗਿਆ ਹੈ ਸਰ। ਹੁਣ ਕਿਉਂ ਜਾ ਰਹੇ ਹੋਗਾ? ਫਿਰ ਆਊਂਗਾ ਸਰ, ਇੱਧਰ ਮਾੜਾ ਮੋਟਾ ਖਾਣੇ ਵਾਲੇ ਵੀ ਕਿਸੇ ਜਗ੍ਹਾ ਕੰਮ ਧੰਦਾ ਨਹੀਂ ਚੱਲੇਗਾ, ਇਸ ਲਈ ਜਾ ਰਹਾ ਸਰ। ਫਿਰ ਆ ਜਾਊਂਗਾ, ਇੱਧਰ ਆ ਜਾ। ਹੁਣ ਆਪ ਤੋਂ ਖਾਣਾ ਨਹੀਂ ਮਿਲਾ? ਮਿਲਤਾ ਤਾਂ ਸਰ, ਮਾੜਾ ਮੋਟਾ ਮਿਲਤਾ ਤਾਂ ਸਰ। ਫਿਰ ਘਰ ਮੇ ਮੰਮੀ ਪਾਪਾ ਹਰਿਆ ਜਾ ਗਏ ਯਾਰ, ਇਸੇ ਵਾਸਤੇ ਜਾ ਰਹਾ ਯਾਰ। ਸਭੀ ਹੋ ਜਾਤਾ ਨਾ ਜਵਾਕ ਕੇ ਵਾਸਤੇ, ਸਭੀ ਹਰਿਆ ਤਾ ਹੈ, ਇਸੇ ਵਾਸਤੇ ਮੰਮੀ ਡੈਡੀ ਕੇ ਬਾਅਦ ਛੱਡਣਾ ਨਹੀਂ ਚਾਹਤਾ ਨਾ। ਫਿਰ ਆ ਜਾਏਗਾ ਬਸ, ਮਹੀਨੇ ਦਿਨ ਕੇ ਬਾਅਦ ਫਿਰ ਗੱਡੀ ਚੱਲੇਗਾ। ਫਿਰ ਆਪਾਂ ਸੀ ਕਿ ਪਿੰਡ ਮੇ ਤਾਂ ਜੀ ਨਹੀਂ ਲੱਗਦਾ, ਇੱਥੇ ਤਾਂ ਨਹੀਂ ਬਣੂਗਾ। ਤੇ ਭਾਜੀ ਯਹਾਂ ਤੋਂ ਕੋਈ ਐਸਾ ਦਿੱਕਤ ਨਹੀਂ ਥਾ, ਲੇਕਿਨ ਪ੍ਰੋਬਲਮ ਥਾ ਕਿ ਥੋੜਾ ਸਾ ਘਰ ਪਰ ਪਰਿਵਾਰ ਵੀ ਇੰਤਜ਼ਾਰ ਕਰ ਰਹਾ ਥਾ। ਬੋਲਾ ਕਿ ਨਹੀਂ ਬਹੁਤ ਦਿਨ ਹੋ ਵੀ ਗਿਆ, ਥੋੜਾ ਸਾ ਘਰ ਪਰ ਆਨਾ ਵੀ ਜ਼ਰੂਰੀ ਹੈ, ਤੋ ਇਸੀ ਲਈ ਜਾ ਰਹੇ ਹੈ। ਔਰ ਖਾਣਾ ਪੀਣਾ ਕੋਈ ਸਭ ਕੁਝ ਮਿਲ ਐਸਾ? ਗੁਰੂ ਗੋਬਿੰਦ ਸਿੰਘ ਜੀ ਮੈਂ ਨਹੀਂ, ਵੈਸਾ ਕੋਈ ਪ੍ਰੋਬਲਮ ਨਹੀਂ ਥਾ, ਅਗਰ ਐਲੈਂਟੀ ਹੈ ਵਹਾਂ ਪਰ ਤੋ ਹਮ ਲੋਗ ਕੋ ਦਿੱਕਤ ਨਹੀਂ ਕਰੂਗੀ। ਰੋਸ਼ਨ ਚੌਧਰੀ। ਕਹਾਂ ਸੇ ਰਹਿਣ ਵਾਲੇ? ਬਿਹਾਰ ਕੇ। ਆਪ ਕਹਾਂ ਚਲੇ ਹੁਣ? ਭਾਗਲਪੁਰ ਜ਼ਿਲ੍ਹਾ ਪੜਤਾ ਹੈ। ਕਿਉਂ ਚਲੇ ਹੋ, ਕਿਆ ਕਾਰਨ ਹੋ ਗਿਆ? ਕੰਮ ਬੰਦਾ ਨਹੀਂ ਹੈ, ਕੰਮ ਕੁਛ ਨਹੀਂ ਹੈ, ਖਾਣੇ ਪੀਣੇ ਦਿੱਕਤ ਹੈ। ਇੱਧਰ ਦਿੱਕਤ ਹੀ ਖਾਣੇ ਪੀਣੇ ਕੀ? ਜੀ ਸਰ, ਖਾਣੇ ਪੀਣੇ ਤਾਂ ਸਰਕਾਰ ਦੇ ਰਹੀ ਥੀ। ਦੇ ਰਹੀ ਥੀ ਸਰ, ਕਿਸੇ ਕੋ ਪੜ੍ਹ ਮਿਲ ਰਹਾ ਥਾ, ਕਿਸੇ ਕੋ ਨਹੀਂ ਵੀ ਮਿਲ ਦੇ ਰਹਾ ਥਾ, ਸਰਕਾਰ ਤੋਂ ਦੇ ਰਹਾ ਥਾ, ਪਰ ਕਿਸੇ ਕੇ ਪਾਸ ਨਹੀਂ ਪਹੁੰਚ ਰਹਾ ਥਾ, ਇਸਕੇ ਕਾਰਨ ਮੁਝੇ ਜਾਣਾ ਪੜ ਰਹਾ ਹੈ। ਕਿਤਨਾ ਟਾਈਮ ਹੋ ਗਿਆ ਸੀ ਆਪਕੋ ਆਏ ਨੂੰ? ਮੈਂ ਤਾਂ ਸਰ ਮਾਰਚ ਮੈਂ ਆਇਆ ਤੇ 10 ਮਾਰਚ। ਸ਼੍ਰੀਮਤੀ ਸੋਨੀਆ ਗਾਂਧੀ ਨੇ ਇਹ ਫੈਸਲਾ ਲਿਆ ਕਿ ਪੂਰੇ ਹਿੰਦੁਸਤਾਨ ਦੇ ਅੰਦਰ ਜਿੱਥੇ ਵੀ ਕੋਈ ਪ੍ਰਵਾਸੀ ਮਜ਼ਦੂਰ ਹਨ, ਬਾਹਰਲੇ ਸੂਬਿਆਂ ਤੋਂ ਲੋਕ ਕੰਮ ਕਰਦੇ ਹੈ, ਉਹਨਾਂ ਨੂੰ ਆਪਦੇ ਆਪਦੇ ਘਰਾਂ 'ਚ ਪਹੁੰਚਾਉਣ ਵਾਸਤੇ ਕਾਂਗਰਸ ਪਾਰਟੀ ਸਾਰੇ ਦਾ ਸਾਰਾ ਖਰਚਾ ਕਰੇਗੀ। ਜਿੱਥੇ ਜਿੱਥੇ ਸੂਬਾ ਸਰਕਾਰ ਹੈ ਉੱਥੇ ਉੱਥੇ ਕਾਂਗਰਸ ਪਾਰਟੀ ਖਰਚਾ ਕਰੇਗੀ, ਜਿੱਥੇ ਜਿੱਥੇ ਸੂਬਾ ਸਰਕਾਰਾਂ ਨਹੀਂ ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਾਂ ਪਾਰਟੀ ਯੋਗਦਾਨ ਪਾ ਕੇ ਉਹਨਾਂ ਲੋਕਾਂ ਦਾ ਕਿਰਾਇਆ ਭਰ ਕੇ, ਉਹਨਾਂ ਟ੍ਰੇਨ ਦਾ, ਉਹਨਾਂ ਬੱਸਾਂ ਦਾ, ਤੇ ਹਿੰਦੁਸਤਾਨ ਦੇ ਜਿੱਥੋਂ ਜਿੱਥੋਂ ਦੇ ਪ੍ਰਵਾਸੀ ਮਜ਼ਦੂਰ ਹੋਣਗੇ ਉਹਨਾਂ ਨੂੰ ਘਰ ਤੱਕ ਪਹੁੰਚਾਉਣ ਦਾ ਕੰਮ ਕਰੇਗੀ। ਨਾਲ ਹੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਹੈ, ਸੁਨੀਲ ਜਾਖੜ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ। ਉਹਨਾਂ ਦੇ ਆਦੇਸ਼ਾਂ ਦੇ ਸਦਕਾ ਅੱਜ ਅਸੀਂ ਸਾਰੀ ਟੀਮ ਇੱਥੇ ਇਸ ਟ੍ਰੇਨ ਨੂੰ ਰਵਾਨਾ ਕਰਨ ਵਾਸਤੇ ਆਏ ਹਾਂ। ਇਹ ਟ੍ਰੇਨ 11 ਵਜੇ ਮੁਜ਼ੱਫਰਪੁਰ ਬਿਹਾਰ ਲਈ ਰਵਾਨਾ ਹੋ ਰਹੀ ਹੈ, ਜਿਹਦੇ ਵਿੱਚ 1388 ਸਾਡੇ ਜਿਹੜੇ ਭਰਾ ਪ੍ਰਵਾਸੀ ਮਜ਼ਦੂਰ ਹਨ ਉਹ ਇਹਦੇ ਵਿੱਚ ਹੈ। ਇਹਦੇ ਉੱਤੇ 7,21,000 ਰੁਪਏ ਦਾ ਜਿਹੜਾ ਖਰਚ ਹੈ ਉਹ ਪੰਜਾਬ ਸਰਕਾਰ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਔਰ ਸੁਨੀਲ ਜਾਖੜ ਜੀ, ਸੋਨੀਆ ਗਾਂਧੀ ਜੀ ਦੇ ਆਦੇਸ਼ਾਂ ਦੇ ਸਦਕਾ ਉਹ ਖਰਚਾ ਭਰਿਆ ਹੈ। 100 ਰੁਪਇਆ ਇੱਕ ਬੰਦੇ ਦੀ ਜਿਹੜੀ ਲਾਗਤ ਆਈ ਹੈ ਟਿਕਟ ਦੀ, ਔਰ ਨਾ ਕੇਵਲ ਇਕੱਲੀ ਟਿਕਟ, ਇਹਨਾਂ ਨੂੰ ਖਾਣ ਵਾਸਤੇ ਪੈਕੇਜ ਮੇਰੇ ਭਰਾਵਾਂ ਵਾਸਤੇ, ਆ ਹੋਰ ਬਿਸਕਿਟ ਵਗੈਰਾ, ਪਾਣੀ ਦੀ ਬੋਤਲ, ਸਾਰੀਆਂ ਜਿਹੜੀਆਂ ਇਹਨਾਂ ਦੇ ਘਰ ਤੱਕ ਪਹੁੰਚਣ ਤੱਕ ਜ਼ਰੂਰੀ ਵਸਤੂਆਂ ਦਾ ਇੰਤਜ਼ਾਮ ਆਦਿ ਕੀਤਾ ਗਿਆ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਯਾਤਰਾ ਵਧੀਆ ਰਹੇ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਇਹਨਾਂ ਦੀ ਸਿਹਤ ਤੰਦਰੁਸਤ ਰਹੇ ਅਤੇ ਦੁਬਾਰਾ ਫਿਰ ਇਹ ਪੰਜਾਬ ਮੁੜ ਕੇ ਆਪਦੇ ਘਰਾਂ 'ਚ ਆਪਦੇ ਪਰਿਵਾਰਾਂ ਨੂੰ ਮਿਲ ਕੇ ਦੁਬਾਰਾ ਫਿਰ ਆਉਣ, ਤਾਂ ਜੋ ਸਾਡਾ ਵੀ ਇੱਥੇ ਕਾਰੋਬਾਰ ਚੱਲ ਸਕੇ। ਸ਼ਾਮ ਨੂੰ ਇੱਕ ਹੋਰ ਟ੍ਰੇਨ ਜਿਹੜੀ ਝਾਰਖੰਡ ਜਾ ਰਹੀ ਹੈ, ਜਿਹੜੀ ਸ਼ਾਮ ਨੂੰ ਰਵਾਨਾ ਹੋਏਗੀ, ਉਹਨਾਂ ਵੀ ਉਹਦੇ ਵਿੱਚ ਜਿਹੜੇ 1188 ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਨੇ ਉਹ ਜਾ ਰਹੇ ਨੇ, ਜਿਹਦੇ 'ਤੇ ਲਗਭਗ ਖਰਚਾ 7,12,000 ਰੁਪਇਆ ਸਰਕਾਰ ਵੱਲੋਂ ਕੀਤਾ ਜਾ ਰਿਹਾ। ਮੈਂ ਮੀਡੀਆ ਨੂੰ
और सारे हिंदुस्तान के भरावों नूं ये दसना चाहुंदे कि हुण तक 34 करोड़ रुपया पंजाब सरकार ने रिलीज करता वख-वख जिलों नूं, बठिंडा, लुधियाना, अमृतसर, जलंधर। सो असी जिहड़ा भी मजदूर भरा जाना चाहुंदा होएगा पंजाब तों आपके घर वापसी सूबे उहनूं पंजाब सरकार आपके खर्चे ते उहनूं उरे घर तक पहुंचाउण दा काम करेगी। सो यही अज असी इहनूं झंडी देण आए हैं। साडे नाल चेयरमैन साहब केवल जी, जिला के प्रधान साडे अरुण वधावन साहब, लाडी जी, राजन जी, अशोक जी, साडे ठेकेदार साहब ब्लाक के प्रधान साहब अनिल भुला जी, तमाम साथी जिहड़े है आगू साहबान अज इस ट्रेन नूं रवाना करन आए हैं, जिन्हां ने मगरले समय के बठिंडा आपके पिंडा च, आपके इलाकों च, आपके वार्डां च किसी व्यक्ति नूं कोई तकलीफ नहीं आउण दित्ती। इस महामारी के आपका वड्डा योगदान पा के आप दीआं जानां दी परवाह ना करते हुए पंजाब के लोगों की, जिहड़े पंजाब च बाहरों रहिंदे सी उहनां दी वधेरे सेवा करके ये सबूत दिता, इंसानियत का सबूत दिता। तो सारी प्रेस का, एडमिनिस्ट्रेशन का, सारे लोगों का कोटन कोट धन्यवाद। वाहिगुरू जी का खालसा, वाहिगुरू जी की फतेह। बठिंडा सरगर्मियां देखने लई तुसीं साडे चैनल नूं सबसक्राइब करो, बैल आइकन का बटन दबाओ, लाइक करो।